ਪੰਜਾਬ ਵਿੱਚ ਕਰਜ਼ੇ ਦੇ ਬੋਝ ਤਲੇ ਦਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿੰਡ ਕੋਡਬ ਖੱਤੋ ਵਿਖੇ ਇੱਕ ਨੌਜਵਾਨ ਕਿਸਾਨ ਨੇ ਖੇਤ ਵਿੱਚ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਸਿਰ ਤੇ ਕਰੀਬ 8 ਲੱਖ ਤੋਂ ਜ਼ਿਆਦਾ ਰੁਪਏ ਹੋਣ ਕਰਕੇ ਕਿਸਾਨ ਪਰੇਸ਼ਾਨ ਰਹਿੰਦਾ ਸੀ। ਹੁਣ ਕਿਸਾਨ ਆਗੂਆਂ ਨੇ ਸਰਕਾਰ ਤੋਂ ਕਿਸਾਨ ਦਾ ਕਰਜ਼ਾ ਮਾਫ਼ ਕਰਕੇ ਉਸਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਨੌਜਵਾਨ ਕਿਸਾਨ ਦਾ ਜੋ ਜਿੰਨਾ ਕਰਜ਼ਾ ਆੜ੍ਹਤੀਆਂ ਦਾ ਬੈਂਕਾਂ ਦਾ ਸੁਸਾਇਟੀਆਂ ਦਾ ਅਸੀਂ ਸਾਰਾ ਮਾਫ਼ ਕੀਤਾ ਜਾਵੇ, ਅੱਗੇ ਤੋਂ 20 ਲੱਖ ਰੁਪਈਆ ਸਹਾਇਤਾ ਵਜੋਂ ਦਿੱਤੀ ਜਾਵੇ ਔਰ ਇਹਦੇ ਛੋਟਾ ਭਰਾ ਉਹਨੂੰ ਉਹਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ। ਦਾਸ ਪੁੱਤਰ ਬਗਤੂ ਦਾਸ ਬਰਾਗੀ ਸਾਹਿਬ ਕੋਟ ਬਗਤੂ ਨੇ ਮੇਰੇ ਪਾਸ ਬਿਆਨ ਤਹਿਰੀਰ ਕਰਾਇਆ ਕਿ ਉਹਨਾਂ ਦਾ ਲੜਕਾ ਨਾਪ੍ਰੀਤ ਸਿੰਘ ਜਿਹੜਾ +2 ਪੜ੍ਹ ਕੇ ਪ੍ਰਾਈਵੇਟ ਨੌਕਰੀ ਜਿਹੜੀ ਤਾਰਾ ਏਜੰਸੀ ਆਪਣੇ ਮਰੂਤੀ ਏਜੰਸੀ ਦੇ ਵਿੱਚ ਬਠਿੰਡੇ ਪ੍ਰਾਈਵੇਟ ਨੌਕਰੀ ਕਰਦਾ ਸੀ, ਉਹਨਾਂ ਦੇ ਪਰਿਵਾਰ 'ਤੇ ਜਿਹੜਾ ਕਰਜ਼ੇ ਦਾ ਜ਼ਿਆਦਾ ਬੋਝ ਸੀ। SBI ਬੈਂਕ ਦੇ ਵਿੱਚ ਉਹਨਾਂ ਨੇ ਕੋਈ 4 ਲੱਖ ਰੁਪਏ ਦਾ ਲੋਨ ਲਿਆ ਸੀ। ਉਹਦੀ ਮ੍ਰਿਤਕ ਦੀ ਮਾਤਾ ਜਿਹੜੀ ਕੈਂਸਰ ਦੀ ਮਰੀਜ਼ ਸੀ, ਉਹਦੀ ਭੈਣ ਦੇ ਸ਼ਾਦੀ ਵੇਲੇ ਉਹਨਾਂ ਦੇ ਕਾਫੀ ਪੈਸਾ ਜਿਹੜਾ ਸਿਰ ਹੋ ਗਿਆ ਸੀ। 4 ਲੱਖ ਰੁਪਇਆ ਉਹਨਾਂ ਨੇ ਆੜ੍ਹਤੀਆਂ ਦਾ ਵੀ ਦੇਣਾ ਸੀ, ਤਕਰੀਬਨ 1.5 ਲੱਖ ਰੁਪਇਆ, 8.5 ਲੱਖ ਰੁਪਇਆ ਉਹਨਾਂ ਦੇ ਨਾਲ ਕਰਜ਼ਾ ਸਿਰ ਸੀ। ਜਿਹਨੇ ਕੱਲ੍ਹ ਉਹਨੇ ਘਰੋਂ ਦਿਮਾਗੀ ਤੌਰ 'ਤੇ ਜਿਹੜਾ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀ, ਉਹ ਕੱਲ੍ਹ ਉਹਨੇ ਜਿਹੜੇ ਆਪਣੇ ਖੇਤ ਆਪਣੇ ਕੋਠੀ ਵਾਲੇ ਖੇਤ ਜਾ ਕੇ ਜਿਹੜੇ ਉੱਥੇ ਖੇਤ ਦੇ ਵਿੱਚ ਖੂਹ ਦੇ ਵਿੱਚ ਜਿਹੜੀ ਉਹਦੀ ਛਾਪਟ ਦੇ ਨਾਲ ਰੱਸੀ ਬੰਨ੍ਹ ਕੇ ਉਹਦੇ ਗਲ ਦੇ ਵਿੱਚ ਖੂਹ ਦੇ ਵਿੱਚ ਲਪਕ ਕੇ ਜਿਹੜੀ ਉਹਨੇ ਖੁਦਕੁਸ਼ੀ ਕਰ ਲਈ ਹੈ। ਇਹ ਹਾਦਸਾ ਉਹਦੀ ਹਾਦਸੇ ਦਾ ਰੀਜਨ ਕੋਈ ਹੋਰ ਨਹੀਂ, ਪਰ ਉਹਨੇ ਜਿਹੜੀ ਹੈ ਕਰਜ਼ੇ ਦਾ ਬੋਝ ਕਰਕੇ ਉਹਨੇ ਆਪਣੀ ਖੁਦਕੁਸ਼ੀ ਕੀਤੀ ਹੈ। ਜਿਹੜੀ ਕਾਰਵਾਈ 174 CRPC ਹਮਲੇ ਵਿੱਚ ਲਿਆਂਦੀ ਗਈ ਹੈ। ਰਾਵਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, ਚੈਨਲ 2।